ਦੇਖੋ ਕਿਵੇਂ ਮਿਲੀ ਸੀਏ ਸਟਾਫ ਨੂੰ ਬੜੀ ਕਾਮਯਾਬੀ। 8000 ਨਸ਼ੀਲੀ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਨਸ਼ਾ ਤਸਕਰ ਅਤੇ ਪੰਜਾਬ ਦੇ ਨਸ਼ੇ ਕਾਬੂ ਕਰਨ ਵਾਲੇ ਪੰਜਾਬ ਪੁਲਿਸ ਦੁਆਰਾ ਚਲਾਈ ਗਈ ਮੁਹਿੰਮ ਦੇ ਤਹਿਤ SSP ਹਰਨਬੀਰ ਸਿੰਘ ਗਿੱਲ ਦੇ ਆਦੇਸ਼ਾਂ ਮੁਤਾਬਕ ਮੋਗਾ ਦੇ CI ਸਟਾਫ ਦੇ ਹੱਥ ਲੱਗੀ ਬੜੀ ਕਾਮਯਾਬੀ। 2 ਐਕਟਿਵਾ ਸਵਾਰ ਨਸ਼ਾ ਤਸਕਰਾਂ ਨੂੰ 8000 ਨਸ਼ੀਲੀ ਗੋਲੀਆਂ, 40000 ਦੀ ਡਰੱਗ ਮਣੀ ਅਤੇ 1 ਐਕਟਿਵਾ ਦੇ ਨਾਲ ਫੜਿਆ ਗਿਆ। ਜਾਣਕਾਰੀ ਦਿੰਦੇ ਹੋਏ ਇਨਵੈਸਟੀਗੇਸ਼ਨ ਆਫਿਸਰ ਕੁਲਵੰਤ ਸਿੰਘ ਨੇ ਦੱਸਿਆ ਕਿ 1 ਨਸ਼ਾ ਤਸਕਰ ਦੀ ਮੈਡੀਕਲ ਸਟੋਰ ਹੈ ਅਤੇ ਬੀਤੇ ਦਿਨੇ ਇਹ ਦੋਨੋਂ ਲੋਕ ਐਕਟਿਵਾ ਤੇ ਸਵਾਰ ਹੋ ਕੇ ਮੋਗਾ ਜਾ ਰਹੇ ਸੀ। ਉਦੋਂ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਇਹਨਾਂ ਦੇ ਕੋਲੋਂ 8000 ਗੋਲੀਆਂ, 40000 ਦੀ ਡਰੱਗ ਮਣੀ ਅਤੇ 1 ਐਕਟਿਵਾ ਬਰਾਮਦ ਹੋਈ ਹੈ। ਦੋਨੋਂ ਨਸ਼ਾ ਤਸਕਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿੱਤਾ ਗਿਆ ਤਾਂ ਕਿ ਇਹਨਾਂ ਤੋਂ ਪੁੱਛਤਾਛ ਕੀਤੀ ਜਾਵੇ ਅਤੇ ਹੋਰ ਵੀ ਨਸ਼ਾ ਤਸਕਰਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਸਰ ਕੁਲਵੰਤ ਸਿੰਘ ਜੀ, ਸਰ ਜਿਹੜੇ ਤੁਸੀਂ ਆ ਮੁਰਜਮ ਸਰ ਫੜੇ ਆ, ਇਹਨਾਂ ਬਾਰੇ ਕੀ ਜਾਣਕਾਰੀ ਸਾਨੂੰ ਦੇਣ ਚਾਹੋਗੇ? ਦੋਸ਼ੀ ਅਮਨਜੀਤ ਸਿੰਘ ਇਹਦਾ ਇੱਕ ਮੈਡੀਕਲ ਸਟੋਰ ਆ ਜੀ, ਅਤੇ ਨਾਲੇ ਜਗਤਾਰ ਸਿੰਘ ਆ ਜੀ, ਦੋਨਾਂ ਤੋਂ 8000 ਗੋਲੀ ਫੜੀ ਗਈ ਹੈ। ਸਰ ਕਿਸ ਟਾਈਮ ਬਰਾਮਦ ਕੀਤੀ ਜੀ? ਪਰਸੋਂ ਬਰਾਮਦ ਕੀਤੀ ਜੀ। ਕਿਹੜੇ ਪਿੰਡ ਦੇ ਸਰ ਰਹਿਣ ਵਾਲੇ ਆ? ਇਹ ਮੋਗੇ ਦੇ ਰਹਿਣ ਵਾਲੇ ਜੀ। ਅਗਾਂਹ ਸਰ ਇਹਨਾਂ ਬਾਰੇ? ਇਹਨਾਂ 2 ਦਿਨ ਦਾ ਪੁਲਿਸ ਰਿਮਾਂਡ ਲਿਆ, ਕੱਲ੍ਹ ਤੱਕ ਪੁਲਿਸ ਰਿਮਾਂਡ ਆ, ਸਰ ਵੀ ਕਰ ਰਹੇ ਜੀ। ਠੀਕ ਹੈ। ਅਸੀਂ ਸਾਰੇ ਜਾਣਦੇ ਹਾਂ ਪੰਜਾਬ ਵਿੱਚ ਨਸ਼ੇ ਦਾ 6ਵਾਂ ਦਰਿਆ ਵਗ ਰਿਹਾ। ਬੇਸ਼ੱਕ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ ਇਹਨਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ, ਪਰ ਸਾਨੂੰ ਆਪਣੇ ਨਾਗਰਿਕ ਹੋਣ ਦਾ ਫਰਜ਼ ਵੀ ਨਿਭਾਉਣਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਵੀ ਨਸ਼ਾ ਤਸਕਰ ਜਾਂ ਸਮਾਜ ਵਿਰੋਧੀ ਅਨਸਰ ਬਾਰੇ ਜਾਣਕਾਰੀ ਰੱਖਦੇ ਹਾਂ ਤਾਂ ਉਹ ਪੁਲਿਸ ਦੇ ਨਾਲ ਸਾਨੂੰ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਲਾ ਦੁਆਲਾ ਸੁਰੱਖਿਅਤ ਰਹਿ ਸਕੇ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਕੋੜ ਤੋਂ ਬਚਾਇਆ ਜਾ ਸਕੇ। ਜੇ ਤੁਸੀਂ ਚਾਹੁੰਦੇ ਹੋ ਪੁਲਿਸ ਵੱਲੋਂ ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇ ਤਾਂ ਉਹ ਵੀ ਗੁਪਤ ਰੱਖੀ ਜਾਂਦੀ ਹੈ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।